ਭਾਜਪਾ ਦੇ ਜ਼ਿਲ੍ਹਾ ਯੁਵਾ ਮੋਰਚਾ ਦੇ ਪ੍ਰਧਾਨ ਸਲੀਲ ਕਪੂਰ ਦੀ ਅਗਵਾਈ ਹੇਠ ਹਾਲਗੇਟ ਚੌਂਕ ਵਿਖੇ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਸਲੀਲ ਕਪੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੋਣਾਂ ਦੌਰਾਨ ਕੀਤੇ ਗਏ ਲੋਕਾਂ ਨੂੰ ਝੂਠੇ ਵਾਅਦਿਆਂ ਖਿਲਾਫ਼ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੇਰੋਜ਼ਗਾਰ ਨੌਜਵਾਨਾਂ ਨੂੰ 2500 ਰੁਪਏ ਭੱਤਾ ਦੇਣ ਜਾਂ ਫਿਰ ਉਨ੍ਹਾਂ ਨੂੰ ਨੌਕਰੀ ਦਿੱਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੇ ਆਪਣੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਅੱਜ ਭਾਰਤੀ ਜਨਤਾ ਯੁਵਾ ਮੋਰਚਾ ਵੱਲੋਂ ਕੈਪਟਨ ਦੀਆਂ ਨੀਤੀਆਂ ਦੇ ਖਿਲਾਫ਼ ਜਿਹੜਾ ਪੁਤਲਾ ਸਾੜਿਆ ਗਿਆ ਵਾ, ਜਿਹੜਾ ਉਹਨਾਂ ਨੇ ਝੂਠੀ ਸਰਕਾਰ ਬਣਾਈ ਹੈ ਲੋਕਾਂ ਨੂੰ ਗੁੰਮਰਾਹ ਕਰਕੇ ਵੀ ਅਸੀਂ ਨੌਕਰੀਆਂ ਦੇਵਾਂਗੇ ਹਰ ਘਰ ਦੇ ਵਿੱਚ, ਅਗਰ ਨੌਕਰੀ ਨਹੀਂ ਦੇਵਾਂਗੇ ਤਾਂ 2500 ਰੁਪਈਆ ਭੱਤਾ ਜਿਹੜਾ ਵਾ ਹਰ ਯੁਵਾ ਨੂੰ ਦਿੱਤਾ ਜਾਏਗਾ। ਔਰ ਇੱਥੇ ਇੰਨੇ ਸਾਰੇ ਅਸੀਂ ਯੁਵਾ ਇਕੱਠੇ ਕੀਤੇ ਹੈ, ਕਿਸੇ ਇੱਕ ਨੂੰ ਵੀ ਪੁੱਛ ਕੇ ਵੇਖ ਲਓ, ਜੇ ਇੱਕ ਵੀ ਬੰਦਾ ਕਹਿ ਦੇ ਵੀ ਮੈਨੂੰ 2500 ਰੁਪਈਆ ਭੱਤਾ ਮਿਲਦਾ ਪਿਆ, ਜੋ ਕਹੋਗੇ ਅਸੀਂ ਕਰਨ ਨੂੰ ਤਿਆਰ ਹਾਂ। ਅਤੇ ਅਸੀਂ ਕੈਪਟਨ ਨੂੰ ਇਹ ਹੀ ਕਹਿੰਦੇ ਹਾਂ ਵੀ ਯੁਵਾ ਨੂੰ ਜਾਂ ਤਾਂ ਨੌਕਰੀ ਦੇਵੇ ਅਤੇ ਜਾਂ ਜਿਹੜਾ 2500 ਰੁਪਈਆ ਭੱਤਾ ਦੇਵੇ। ਕੈਪਟਨ ਸਰਕਾਰ ਨੇ ਨੀਲੇ ਕਾਰਡ ਬੰਦ ਕਰਾ ਦਿੱਤੇ ਹੈ, ਕਣਕਾਣੀ ਬੰਦ ਹੋ ਗਈ ਹੈ, ਕੋਈ ਐਸਾ ਕੰਮ ਨਹੀਂ ਹੈ ਜਿਹੜਾ ਪਿਛਲੀ ਸਰਕਾਰ ਦਾ ਜਿਹੜਾ ਪਾਸ ਕੀਤੇ ਸੀ ਕੰਮ ਚੱਲਦੇ ਹੋਏ ਸੀ ਉਹ ਵੀ ਸਾਰੇ ਬੰਦ ਕਰ ਦਿੱਤੇ ਗਏ ਆ।